ਚਲਾਵਣੀਆਂ ਤੇ ਅਸਾਂ ਤੇ ਸਲਤਨਤ ਦਾ ਨਿਜ਼ਾਮ ਵੀ ਚਲਾਵਣਾ ਹੈ ਸੁਭਾਨ ਅੱਲਾ ਤੇ ਜਲਦੀ ਆਵੇਂ ਆ ਤਾਂ ਕਿ ਅਸੀਂ ਵਾਪਸ ਜਾਂਦੇ ਤੇ ਸਿਰ ਉਠਾ ਕੇ ਆਦੇ ਉਮਰ ਤੁਸੀਂ ਜਲਦੀ ਕਰ ਲਈ ਮੇਰੀ ਰੱਬ ਨਾਲ ਇਹੋ ਗੱਲ ਚਲਦੀ ਪਈ ਆਈ ਮੈਂ ਆਦਮ ਹਜ਼ੂਰ ਆਖਿਆ ਮੇਰੀ ਉਮਤ ਦੀ ਬਖਸ਼ਿਸ਼ ਦੀ ਦੁਆ ਕਰਨਾ ਹਜ਼ੂਰ ਸਾਰੀ ਉਮਤ ਨਾਲ ਪਿਆਰ ਕਰਦੇ ਨੇ ਤੇ ਮੈਂ ਰੱਬ ਨੂੰ ਆਖਿਆ ਮੇਰੇ ਨਬੀ ਮੁਸਤਫਾ ਦੀ ਸਾਰੀ ਉਮਤ ਬਖਸ਼ ਅੱਲਾ ਦਾ ਇਤਨੀ ਬਖਸ਼ੇ ਨਾ ਇਤਨੀ ਬਖਸ਼ੇ ਨਾ ਇਤਨੀ ਬਖਸ਼ੇ ਨਾ ਤੁਸੀਂ ਜਲਦੀ ਕਰ ਲਈ ਇਹ ਕਬੀਲਾ ਬਨੂ ਕਲਬ ਦੀਆਂ ਬੱਕਰੀਆਂ ਦੇ ਵਾਲਾਂ ਦੇ ਬਰਾਬਰ ਤੇ ਅੱਲਾ ਮੇਰੇ ਨਾਲ ਵਾਅਦਾ ਕੀਤੀ ਬੈਠਾ ਹੈ ਉਸ ਦੌਰ ਕਬੀਲਾ ਬਨੂ ਕਲਬ ਜਿਹੜਾ ਉਸਦੇ ਕੋਲ ਸਭ ਤੋਂ ਜ਼ਿਆਦਾ ਅਰਬ ਵਿੱਚ ਬੱਕਰੀਆਂ ਆਉਂਦੀਆਂ ਅੱਛਾ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਉਹਨਾਂ ਦੇ ਕੋਲ ਬੱਕਰੀਆਂ ਤੇ ਉਹਨਾਂ ਦੇ ਵਾਲਾਂ ਦੇ ਬਰਾਬਰ ਅੱਲਾ ਹਜ਼ਰਤ ਅਵੈਸੇ ਕਰਨੀ ਦੇ ਆਖਣ ਤੇ ਹਜ਼ੂਰ ਦੀ ਉਮਤ ਚ ਬਖਸ਼ਣੀ ਹੈ ਬਈ ਇੱਕ ਗੁਲਾਮ ਦੇ ਇੱਕ ਆਸ਼ਿਕ ਮੁਸਤਫਾ ਦੇ ਆਖੇ ਅੱਲਾ ਹਜ਼ੂਰ ਦੀ ਇਤਨੀ ਉਮਤ ਚ ਬਖਸ਼ਣੀ ਹੈ ਜਦੋਂ ਹਸਨੈਨ ਦੇ ਨਾਨਾ ਆਪ ਆਖਿਆ ਮੌਲਾ ਮੈਂ ਉਦੋਂ ਰਾਜ਼ੀ ਹੋਣਾ ਜਦੋਂ ਮੇਰੀ ਸਾਰੀ ਉਮਤ ਬਖਸ਼ੇ ਸਾਹਬਾ ਪਿਆ ਖੁਸ਼ੀਆਂ ਮਨਾਈਂਦੇ ਨੇ ਵੀ ਇਹ ਆਇਤ ਆ ਕਿ ਇਨ ਅੱਲਾਹ ਯਗਫਿਰੁ ਜ਼ੁਨੂਬ ਜਮੀਆ ਇਹ ਗੱਲ ਕਰਦੇ ਕਰਦੇ ਸਾਹਬਾ ਹਜ਼ੂਰ ਦੀ ਅਹਲ ਬੈਤ ਕੋਲ ਆ ਗਿਆ ਤੇ ਅੱਜ ਅਸੀਂ ਬਹੁਤ ਖੁਸ਼ ਆ ਅਹਲ ਬੈਤ ਰਸੂਲ ਨੇ ਪੁੱਛਿਆ ਕਿਉਂ ਖੁਸ਼ ਹੋ ਇਹ ਆਇਤ ਉਤਰੀ ਹੈ ਇਸ ਤੇ ਖੁਸ਼ ਹੈ ਮੇਰੇ ਨਬੀ ਦੀ ਅਹਲ ਬੈਤ ਨੇ ਆਖਿਆ ਅੱਛਾ ਤੁਸੀਂ ਇਸ ਤੇ ਖੁਸ਼ ਹੁੰਦੇ ਹੋ ਅਸੀਂ ਤੇ ਇੱਕ ਹੋਰ ਆਇਤ ਤੇ ਖੁਸ਼ ਹੁੰਦੇ ਹਾਂ ਹਬੀਬ ਅਨ ਕਰੀਬ ਅਸੀਂ ਤੁਹਾਨੂੰ ਇਤਨਾ ਦਿਸਾਂ ਕਿ ਤੁਸੀਂ ਰਾਜ਼ੀ ਹੋ ਜਾਸੋ ਤੇ ਹਜ਼ੂਰ ਕੋਲੋਂ ਪੁੱਛਿਆ ਗਿਆ ਹਜ਼ੂਰ ਅੱਲਾ ਵਾਅਦਾ ਕਰ ਲਿਆ ਕੁਰਾਨ ਭੇਜਿਆ ਅੱਲਾ ਤੁਹਾਨੂੰ ਰਾਜ਼ੀ ਕਰ ਸੀ ਤੁਸੀਂ ਕਿਸ ਗੱਲ ਤੇ ਰਾਜ਼ੀ ਹੋ ਸੋ ਮੇਰੇ ਮੁਸਤਫਾ ਕਰੀਮ ਨੇ ਫਰਮਾਇਆ ਓ ਮੇਰੇ ਸਾਹਬਾ ਸੁਣ ਲਓ ਮੈਂ ਮੁਹੰਮਦ ਉਦੋਂ ਰਾਜ਼ੀ ਹੋ ਸਾਂ ਜਦੋਂ ਮੇਰੀ ਸਾਰੀ ਉਮਤ ਜਹੰਨਮ ਦੀ ਬਜਾਏ ਜੰਨਤ ਚ ਚਲੇ ਹਜ਼ੂਰ ਮਰਕਜ਼ ਈਮਾਨ ਹਜ਼ੂਰ ਦੀ ਮੁਹੱਬਤ ਈਮਾਨ ਦਾ ਮਰਕਜ਼ ਹੈ ਤੇ ਈਮਾਨ ਦੀ ਜਾਨ ਜੇ ਮੁਹੱਬਤ ਨਾ ਹੋਵੇ ਤਾਂ ਕੁਝ ਪੱਲੇ ਨਹੀਂ ਪੈਂਦਾ ਅੱਛਾ ਮੁਹੱਬਤ ਹੋਵੇ ਤੇ ਬੰਦਾ ਹਜ਼ੂਰ ਦੇ ਆਖੇ ਨਾ ਲੱਗੇ ਦਾਵਾ ਮੁਹੱਬਤ ਦਾ ਹੋਵੇ ਪਿਓ ਪਿਓ ਵੇ ਮੰਜੀ ਤੇ ਪੁੱਤਰ ਉਹਦੇ ਕੋਲ ਆ ਕੇ ਬਹਿ ਜਾਵੇ ਉਹਦੀ ਲਤਾਂਦੀ ਤੇ ਆ ਕੇ ਆਖੇ ਅੱਬਾ ਮੈਂ ਤੇਰੇ ਨਾਲ ਬੜੀ ਮੁਹੱਬਤ ਕਰਾਂ ਮੇਰੀ ਜਾਨ ਨਿਕਲਦੀ ਹੈ ਤੈਨੂੰ ਵੇਖਾਂ ਮੈਂ ਤਾਂ ਤੇਰੀ ਪਰ ਸਭ ਕੁਛ ਕੁਰਬਾਨ ਕਰਨ ਵਾਸਤੇ ਤਿਆਰ ਹਾਂ ਮੈਂ ਮਰਨ ਵਾਸਤੇ ਵੀ ਤਿਆਰ ਹਾਂ ਤੇ ਅੱਬਾ ਆਖੇ ਪੁੱਤਰ ਟਾਈਮ ਹੋਇਆ ਖਲੋਤਾ ਦਵਾਈ ਲਵਣ ਦਾ ਇੱਥੋਂ ਮੈਨੂੰ ਗਿਲਾਸ ਪਾਣੀ ਦਾ ਤੇ ਦੇ ਚ ਮੈਂ ਦਾਰੂ ਲੈ ਲਵਾਂ ਆਖੇ ਅੱਬਾ ਨਹੀਂ ਮੁਹੱਬਤ ਤਾਂ ਬੜੀ ਕਰੇ ਨਾ ਪਾਣੀ ਆਪ ਲੈਣ ਕੀ ਉਹਨੂੰ ਬੰਦੇ ਆਖਸਣ ਬੰਦੇ ਆਖਸਣ ਵੀ ਇਹ ਮੁਹੱਬਤ ਕਰੇ ਬੰਦੇ ਆਖਸਣ ਮੱਕਰੀ ਤੇ ਫਰਾਡੀ ਆ ਚਾਰ ਕਿਆਰੇ ਬੁੱਢੜੇ ਦੇ ਨਾਲ ਉਹ ਲਵਣ ਪਰ ਇਹ ਗੱਲਾਂ ਕਰੇ ਦਾ ਜਿਹੜਾ ਪਾਣੀ ਦਾ ਗਿਲਾਸ ਨਹੀਂ ਦੇ ਸਕਦਾ ਨਾਰੇ ਤੇ ਹੋਵਣ ਗੁਲਾਮੀ ਹੈ ਰਸੂਲ ਮੈਂ ਮੌਤ ਵੀ ਕਬੂਲ ਹੈ ਤੇ ਰਸੂਲ ਆਖੇ ਵੀ ਨਮਾਜ਼ ਮੇਰੀ ਅੱਖੀ ਦੀ ਠੰਡਕ ਹੈ ਹਾਲਤ ਇਹ ਹੋਵੇ ਵੀ ਅਲਾਮਾ ਖਾਦਮ ਹੁਸੈਨ ਕਸੂਰੀ ਸਾਹਿਬ ਆਪ ਤਕਬੀਰ ਪੜ੍ਹਨ ਤੇ ਆਪ ਜਮਾਤ ਕਰਾਵਣ ਤੇ ਲੰਗਰ ਦੀ ਵਾਰੀ ਪਲੇਟ